ਸੀ ਮਕਰਨ ਹੰਡਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਹਿਬਲ ਕਲਾ ਗੋਲੀकांड ਦੇ ਨਾਲ ਜੁੜੀ ਹੋਈ ਜਿੱਥੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਸਿੱਟ ਸਰਗਰਮ ਨਜ਼ਰ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਭਰੋਸਾ ਵੀ ਦਿੱਤਾ ਗਿਆ ਸੀ ਕਿ ਜਰੂਰ ਜਿਹੜਾ ਕਿ ਇਨਸਾਫ ਮਿਲੇਗਾ ਪਰ ਉਧਰ ਹੀ ਸਿੱਖ ਆਗੂਆਂ ਵੱਲੋਂ ਇਸ ਗੱਲ 'ਤੇ ਟਿੱਪਣੀ ਵੀ ਕੀਤੀ ਗਈ ਸੀ ਕਿ ਵਾਰ-ਵਾਰ ਸਮਾਂ ਮੰਗਿਆ ਜਾ ਰਿਹਾ ਪਰ ਹਲੇ ਤੱਕ ਐਕਸ਼ਨ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਤਾਂ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿਟ ਟੀਮ ਇੱਕ ਵਾਰ ਮੁੜ ਤੋਂ ਸਰਗਰਮ ਨਜ਼ਰ ਆਈ ਹੈ ਤੇ ਇਸ ਵਾਰ ਸੁਖਬੀਰ ਬਾਦਲ ਨਾਲ ਜੋੜ ਕੇ ਇਸ ਸਾਰੇ ਮਾਮਲੇ ਦੇ ਉੱਤੇ ਸਰਗਰਮੀ ਨਜ਼ਰ ਆ ਰਹੀ ਹੈ ਜਿੱਥੇ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਜਾਏਗੀ ਸਿਟ ਟੀਮ ਨੇ ਤਲਬ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਇਸ ਸਾਰੇ ਮਾਮਲੇ ਦੇ ਨਾਲ ਜੋੜ ਕੇ ਪੁੱਛਗਿੱਛ ਹੋਏਗੀ ਕਿਉਂਕਿ ਜਦੋਂ ਇਹ ਗੋਲੀकांड ਵਾਪਰਦਾ ਹੈ ਤਾਂ ਉਸ ਵੇਲੇ ਸੁਖਬੀਰ ਸਿੰਘ ਬਾਦਲ ਨਾ ਸਿਰਫ ਗ੍ਰਹਿ ਮੰਤਰੀ ਹੁੰਦੇ ਨੇ ਬਲਕਿ ਲਗਾਤਾਰ ਪਹਿਲਾਂ ਵੀ ਸਰਗਰਮੀਆਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਸਵਾਲ ਚੁੱਕੇ ਜਾਂਦੇ ਰਹੇ ਜਿਵੇਂ ਕਿ ਸੁਮੇਤ ਸੈਣੀ ਨੂੰ ਡੀਜੀਪੀ ਦਾ ਅਹੁਦਾ ਦੇਣਾ ਜਿਸ ਤੋਂ ਬਾਅਦ ਇਹ ਗੋਲੀकांड ਵਾਪਰ ਜਾਂਦਾ ਕਿਉਂਕਿ ਸ਼ਾਂਤਬਾਈ ਜਿਹੜਾ ਕੀ ਹੈ ਪ੍ਰਦਰਸ਼ਨ ਚੱਲ ਰਿਹਾ ਸੀ ਜਿੱਥੇ ਇਹ ਸਭ ਕੁਝ ਵਾਪਰਦਾ ਹੈ ਤੇ ਉਸ ਤੋਂ ਬਾਅਦ ਹਲੇ ਤੱਕ ਭਾਵੇਂ ਸੈੱਟ ਟੀਮਾਂ ਬਣ ਕੇ ਟੁੱਟ ਗਈਆਂ ਹੋਣ ਨਵੀਂ ਸੈੱਟ ਬਣੀ ਹੋਵੇ ਲਗਾਤਾਰ ਪੁੱਛ ਕੇ ਸਵਾਲ ਜਵਾਬ ਵੱਖ-ਵੱਖ ਆਗੂਆਂ ਤੋਂ ਕੀਤੇ ਜਾਂਦੇ ਰਹੇ ਨੇ ਸਮੇਂ-ਸਮੇਂ ਸਿਰ ਅਕਾਲੀ ਦਲ ਉਤੇ ਜ਼ਰੂਰ ਸਵਾਲ ਚੁੱਕੇ ਜਾਂਦੇ ਰਹੇ ਨੇ ਵਿਰੋਧੀਆਂ ਵੱਲੋਂ ਪਰ ਲਗਾਤਾਰ ਕਾਰਵਾਈਆਂ ਹੋਣ ਦੇ ਬਾਵਜੂਦ ਕੋਈ ਪੁਖਤਾ ਇਨਸਾਫ ਮਿਲਦਾ ਨਜ਼ਰ ਨਹੀਂ ਆਇਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸਿੱਟ ਟੀਮ ਵੱਲੋਂ 30 ਅਗਸਤ ਨੂੰ ਇਹ ਪੁੱਛਗਿੱਛ ਹੋਏਗੀ 30 ਅਗਸਤ ਨੂੰ ਤਕਰੀਬਨ 10:30 ਵਜੇ ਦਾ ਸਮਾਂ ਜਿਹੜਾ ਕਿ ਐਮ ਇਥਿਆ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਜਾਏਗੀ ਬਹਿਬਲ ਕਲਾ ਕੋਟਪੂਰਾ ਗੋਲੀਕਾਂਡ ਦੇ ਨਾਲ ਜੋੜ ਕੇ ਪੁੱਛਗਿੱਛ ਹੋਏਗੀ ਤਾਂ ਵੱਡੇ ਸਵਾਲ ਆ ਖੜੇ ਹੋਏ ਸੀ ਕਿ ਕਿਵੇਂ ਇਹ ਸਭ ਕੁਝ ਵਾਪਰ ਗਿਆ ਕਿਵੇਂ નિર્ਦੋਸ਼ਾਂ ਦੇ ਉੱਤੇ ਗੋਲੀਆਂ ਦਾਗ ਦਿੱਤੀਆਂ ਗਈਆਂ ਖਾਸ ਕਰਕੇ ਇਹ ਸਵਾਲ ਚੁੱਕਿਆ ਜਾਂਦਾ ਹੈ ਕਿ ਮੌਕੇ ਦੀ ਸਰਕਾਰ ਨੂੰ ਗ੍ਰਹਿ ਮੰਤਰੀ ਨੂੰ ਇਹ ਕਿਵੇਂ ਨਾ ਪਤਾ ਹੋਵੇ ਕਿ ਅਫਸਰ ਨੇ ਕੀ ਕਾਰਵਾਈ ਕਰ ਦਿੱਤੀ ਹੈ ਜਾਂ ਫਿਰ ਇੰਜ ਕਹਿ ਲਈਏ ਕਿ ਮੌਕੇ ਦੀ ਸਰਕਾਰ ਤੇ ਗ੍ਰਹਿ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਜਾਂ ਫਿਰ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਆ ਕਿਵੇਂ ਫਾਇਰਿੰਗ ਕਰ ਦਿੱਤੀ ਗਈ ਕੋਈ ਵੀ ਡੀਜੀਪੀ ਜਾਂ ਕੋਈ ਵੀ ਅਫਸਰ ਕਿਵੇਂ ਆ ਮੌਕੇ ਦੀ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਜਾਂ ਫਿਰ ਹੁਕਮਾਂ ਤੋਂ ਬਿਨਾ ਇਹ ਕਾਰਵਾਈ ਕਰੇਗਾ ਗ੍ਰਹਿ ਮੰਤਰੀ ਜਿਹੜਾ ਕੀ ਹੈ ਸੂਬੇ ਦੀ ਸੁਰੱਖਿਆ ਹੁੰਦੀ ਹੈ ਤਾਂ ਉਸ ਵੇਲੇ ਗ੍ਰਹਿ ਮੰਤਰੀ ਦੇ ਅਹੁਦੇ ਤੇ ਸੂਬੇ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੇ ਕਾਬਜ ਸੀ ਸੁਖਵੀਰ ਸਿੰਘ ਬਾਦਲ ਤਾਂ ਇਹ ਸਭ ਕੁਝ ਬਾਪਰਿਆ ਕਿਵੇਂ ਇਸ ਨੂੰ ਲੈ ਕੇ ਸਵਾਲ ਜਵਾਬ ਕੀਤੇ ਜਾਣਗੇ ਕਿ ਕੀ ਘਟਨਾ ਕ੍ਰਮ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਉਹਨਾਂ ਦੇ ਹੁਕਮਾਂ ਤਹਿਤ ਕਾਰਵਾਈ ਨਹੀਂ ਹੋਈ ਤੇ ਇਹ ਸਾਰੇ ਸਵਾਲ ਜਿਨ੍ਹਾਂ ਦੇ ਜਵਾਬ ਸਿਰਫ ਤੇ ਸਿਰਫ ਸਿੱਟ ਨਹੀਂ ਸਿਰਫ ਤੇ ਸਿਰਫ ਮੌਕੇ ਦੀ ਸਰਕਾਰ ਨਹੀਂ ਬਲਕਿ ਹਰ ਉਹ ਪੰਜਾਬੀ ਤਲਾਸ਼ ਰਿਹਾ ਜੋ ਕਿ ਬੇਅਦਬੀ ਦਾ ਇਨਸਾਫ ਵੀ ਪਾਉਣਾ ਚਾਹੁੰਦਾ ਹੈ ਤੇ ਨਾਲ ਦੀ ਨਾਲ ਇਸ ਕਾਰਵਾਈ ਦੇ ਉੱਤੇ ਵੀ ਐਕਸ਼ਨ ਚਾਹੁੰਦਾ ਹੈ ਕਿ ਕਿਵੇਂ ਨਿਰਦੋਸ਼ਾਂ ਦੇ ਉੱਤੇ ਗੋਲੀਆਂ ਦਾਗ ਦਿੱਤੀਆਂ ਗਈਆਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਕੀ ਹੈ ਉਹ ਪੁੱਛਗਿੱਛ ਕਰੇਗੀ 30 ਅਗਸਤ ਨੂੰ ਇਹ ਪੁੱਛਗਿੱਛ ਹੋਏਗੀ ਤਕਰੀਬਨ 10:30 ਵਜੇ ਸੁਖਬੀਰ ਸਿੰਘ ਬਾਦਲ ਜਿਹੜਾ ਕੀ ਹੈ ਤਲਬ ਕੀਤੇ ਗਏ ਨੇ ਮੌਜੂਦ ਰਹਿਣਗੇ ਉੱਥੇ ਤੇ ਸਵਾਲ ਜਵਾਬ ਕੀਤੇ ਜਾਣਗੇ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਜਦੋਂ ਇਹ ਸਾਰੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਹੋਏਗੀ ਇਸ ਤੋਂ ਪਹਿਲਾਂ ਵੀ ਜਦੋਂ ਪਿਛਲੀ ਸੈਟ ਨੇ ਕਾਰਵਾਈਆਂ ਕੀਤੀਆਂ ਸੀ ਤਾਂ ਸੁਖਬੀਰ ਸਿੰਘ ਬਾਦਲ ਨੂੰ ਉਦੋਂ ਵੀ ਤਲਬ ਕੀਤਾ ਗਿਆ ਸੀ ਸਵਾਲ ਜਵਾਬ ਕੀਤੇ ਗਏ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਢ ਤੋਂ ਇਹੀ ਗੱਲ ਆਖੀ ਜਾਂਦੀ ਹੈ ਕਿ ਵਿਰੋਧੀ ਉਹਨਾਂ ਦੇ ਉੱਤੇ ਸਿਆਸੀ ਰੰਜਿਸ਼ ਪਗਾਉਣ ਦੇ ਤਹਿਤ ਇਹ ਸਭ ਕੁਝ ਕਰਦੇ ਨੇ ਵੈਂਡੈਟਾ ਪੋਲਿਟਿਕਸ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲਗਾਤਾਰ ਕਹਿੰਦੇ ਆਏ ਨੇ ਤੇ ਉਧਰ ਹੀ ਆਮ ਆਦਮੀ ਪਾਰਟੀ ਮੌਕੇ ਦੀ ਸਰਕਾਰ ਦੀ ਗੱਲ ਕਰੀਏ ਸੱਤਾ ਦਾ ਫੇਰ ਬਦਲ ਹੋਣ ਤੋਂ ਪਹਿਲਾਂ ਵੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਨਤੀਜੇ ਆਉਣ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਵੱਲੋਂ ਇਹ ਗੱਲ ਵਾਰ-ਵਾਰ ਕਹੀ ਜਾਂਦੀ ਰਹੀ ਕਿ ਬੇਅਦਬੀ ਦਾ ਇਨਸਾਫ ਜੇਕਰ ਕੋਈ ਦੇ ਸਕਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜੇਕਰ ਕੋਈ ਕਾਰਵਾਈ ਕਰ ਸਕਦਾ ਹੈ ਤਾਂ ਉਹ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਕਿਉਂਕਿ ਨਿਸ਼ਾਨੇ ਸਾਤੇ ਜਾਂਦੇ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਕਾਂਗਰਸ ਤੇ ਅਕਾਲੀ ਦਲ ਰਲ ਮਿਲੀ ਖੇਡ ਖੇਡ ਰਹੇ ਨੇ ਜਿਸ ਕਰਕੇ ਇਨਸਾਫ ਜਿਹੜਾ ਕੀ ਹੈ ਨਹੀਂ ਮਿਲ ਪਾਉਂਦਾ ਤਾਂ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੱਤ ਟੀਮ ਵੱਲੋਂ ਤਾਂ ਕੀ ਕੁਝ ਕਾਰਵਾਈ ਹੋਏਗੀ ਇਹ ਦੇਖਣਾ ਹੋਵੇਗਾ ਕਿ ਇਸ ਪੁੱਛਗਿੱਛ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ ਇਹ ਵੀ ਸਮਾਂ ਆਉਣ ਤੇ ਪਤਾ ਲੱਗੇਗਾ ਪਰ ਫਿਲਹਾਲ ਇੱਕ ਵਾਰ ਮੁੜ ਤੋਂ ਸੁਖਵੀਰ ਸਿੰਘ ਬਾਦਲ ਨੂੰ ਬਹਿਬਲ ਕਲਾ ਕੋਟਪੂਰਾ ਗੋਲੀकांड ਦੇ ਵਿੱਚ ਤਲਬ ਜਰੂਰ ਕੀਤਾ ਗਿਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਤਲਬ ਕੀਤਾ 30 ਅਗਸਤ ਨੂੰ ਪੁੱਛਗਿੱਛ ਹੋਏਗੀ ਯਾਨੀ ਕਿ 5 ਦਿਨ ਬਾਅਦ ਸੁਖਵੀਰ ਸਿੰਘ ਬਾਦਲ ਤੋਂ ਬਹਿਬਲ ਕਲਾ ਗੋਲੀकांड ਦੇ ਵਿੱਚ ਜਿਹੜਾ ਕੀ ਹੈ ਪੁੱਛਗਿੱਛ ਕੀਤੀ ਜਾਏਗੀ ਤੇ ਸਵਾਲ ਜਵਾਬ ਹੋਣੇ ਨਾਲ ਦੀ ਨਾਲ ਜਿਹੜਾ ਕੀ ਹੈ ਜਰੂਰ ਉਹ ਸਾਰੇ ਘਟਨਾ ਕਾਰਨ ਨੂੰ ਇੱਕ ਵਾਰ ਮੁੜ ਤੋਂ ਪੜਤਾਲਿਆ ਜਾਏਗਾ ਕਿ ਜਦੋਂ ਗੋਲੀਕਾਰਡ ਵਾਪਰਿਆ ਉਦੋਂ ਜਿਹੜੇ ਅਫਸਰ ਤੈਨਾਤ ਸੀ ਜ ਜਿਨ੍ਹਾਂ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਕਿ ਗੋਲੀ ਚਲਾ ਦਿੱਤੀ ਜਾਵੇ ਫਾਇਰਿੰਗ ਕਰ ਦਿੱਤੀ ਜਾਵੇ ਜਿਸ ਦੇ ਵਿੱਚ ਦੋ ਤੋਂ ਵਧੇਰੇ ਨਿਰਦੋਸ਼ ਮਾਰੇ ਗਏ ਸੀ ਤਾਂ ਉਹ ਜਿਹੜਾ ਕੀ ਹੈ ਕਿਵੇਂ ਘਟਨਾਕ੍ਰਮ ਵਾਪਿਆ ਤੇ ਮੌਕੇ ਦੇ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਇਸ ਬਾਰੇ ਜਾਣਕਾਰੀ ਕਿਵੇਂ ਨਹੀਂ ਸੀ ਕਿਨਾਂ ਦੇ ਹੁਕਮਾਂ ਤੇ ਕਾਰਵਾਈ ਹੋਈ ਤਾਂ ਇਹ ਸਾਰੀ ਪੁੱਛਗਿੱਛ 30 ਅਗਸਤ ਨੂੰ ਹੋਵੇਗੀ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਕਾ ਲਈਏ ਕਿ ਮੌਕੇ ਦੀ ਸਰਕਾਰ ਤੇ ਗ੍ਰਹਿ ਮੰਤਰੀ ਦੇ ਹੁਕਮਾਂ ਤੋਂ ਬਿਨਾ ਜਾਂ ਫਿਰ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਿਨਾ ਆ ਕਿਵੇਂ ਫਾਇਰਿੰਗ ਕਰ ਦਿੱਤੀ ਗਈ ਕੋਈ ਵੀ ਡੀਜੀਪੀ ਜਾਂ ਕੋਈ ਵੀ ਅਫਸਰ ਕਿਵੇਂ ਆ ਮੌਕੇ ਦੀ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਜਾਂ ਫਿਰ ਹੁਕਮਾਂ ਤੋਂ ਬਿਨਾ ਇਹ ਕਾਰਵਾਈ ਕਰੇਗਾ ਗ੍ਰਹਿ ਮੰਤਰੀ ਹੈਠ ਜਿਹੜਾ ਕੀ ਹੈ ਸੂਬੇ ਦੀ ਸੁਰੱਖਿਆ ਹੁੰਦੀ ਹੈ ਤਾਂ ਉਸ ਵੇਲੇ ਗ੍ਰਹਿ ਮੰਤਰੀ ਦੇ ਅਹੁਦੇ ਤੇ ਸੂਬੇ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੇ ਕਾਬਜ਼ ਸੀ ਸੁਖਵੀਰ ਸਿੰਘ ਬਾਦਲ ਤਾਂ ਇਹ ਸਭ ਕੁਝ ਬਾਪਰਿਆ ਕਿਵੇਂ ਇਸ ਨੂੰ ਲੈ ਕੇ ਸਵਾਲ ਜਵਾਬ ਕੀਤੇ ਜਾਣਗੇ ਕਿ ਕੀ ਘਟਨਾਕ੍ਰਮ ਸੀ ਕੀ ਸੁਖਵੀਰ ਸਿੰਘ ਬਾਦਲ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਉਹਨਾਂ ਦੇ ਹੁਕਮਾ ਤਹਿਤ ਕਾਰਵਾਈ ਨਹੀਂ ਹੋਈ ਤੇ ਇਹ ਸਾਰੇ ਸਵਾਲ ਜਿਨ੍ਹਾਂ ਦੇ ਜਵਾਬ ਸਿਰਫ ਤੇ ਸਿਰਫ ਸਿੱਟ ਨਹੀਂ ਸਿਰਫ ਤੇ ਸਿਰਫ ਮੌਕੇ ਦੀ ਸਰਕਾਰ ਨਹੀਂ ਬਲਕਿ ਹਰ ਉਹ ਪੰਜਾਬੀ ਤਲਾਸ਼ ਰਿਹਾ ਹੈ ਜੋ ਕਿ ਬੇਅਦਬੀ ਦਾ ਇਨਸਾਫ ਵੀ ਪਾਉਣਾ ਚਾਹੁੰਦਾ ਹੈ ਤੇ ਨਾਲ ਦੀ ਨਾਲ ਇਸ ਕਾਰਵਾਈ ਦੇ ਉੱਤੇ ਵੀ ਐਕਸ਼ਨ ਚਾਹੁੰਦਾ ਹੈ ਕਿ ਕਿਵੇਂ નિર્ਦੋਸ਼ਾਂ ਦੇ ਉੱਤੇ ਗੋਲੀਆਂ ਦਾਗ ਦਿੱਤੀਆਂ ਗਈਆਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਕੀ ਹੈ ਉਹ ਪੁੱਛਗਿੱਛ ਕਰੇਗੀ 30 ਅਗਸਤ ਨੂੰ ਇਹ ਪੁੱਛਗਿੱਛ ਹੋਏਗੀ ਤਕਰੀਬਨ 10:30 ਵਜੇ ਸੁਖਬੀਰ ਸਿੰਘ ਬਾਦਲ ਅ ਜਿਹੜਾ ਕੀ ਹੈ ਤਲਬ ਕੀਤੇ ਗਏ ਨੇ ਮੌਜੂਦ ਰਹਿਣਗੇ ਉੱਥੇ ਤੇ ਸਵਾਲ ਜਵਾਬ ਕੀਤੇ ਜਾਣਗੇ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਜਦੋਂ ਇਹ ਸਾਰੇ ਮਾਮਲੇ ਦੇ ਤਸਵੀਰ ਤੁਹਾਨੂੰ ਦਿਖਾ ਰਿਹਾ ਉਹਨਾਂ ਹੁਕਮਾਂ ਦੀ ਜੋ ਕਿ ਸਮਨ ਨੇ ਜਿਸ ਦੇ ਤਹਿਤ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ 30 ਅਗਸਤ ਨੂੰ ਬੁਲਾਇਆ ਗਿਆ ਦੇ ਸਕਦੇ ਹਾਂ ਤਸਵੀਰ ਦੇ ਵਿੱਚ ਜਿਹੜਾ ਕੀ ਹੈ ਹੁਕਮ ਜਾਰੀ ਹੋਏ ਨੇ ਤਲਬ ਕੀਤਾ ਗਿਆ ਸੰਮਣ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਸਾਫ਼ ਤੌਰ ਤੇ ਸੁਖਵੀਰ ਸਿੰਘ ਬਾਦਲ ਨੂੰ ਪੁੱਛਗਿੱਛ ਵਾਸਤੇ 30 ਅਗਸਤ ਨੂੰ 30 ਤਰੀਕ ਨੂੰ ਜਿਹੜਾ ਕੀ ਹੈ ਸੈਕਟਰ 32 ਦੇ ਚੰਡੀਗੜ ਸੈਕਟਰ 32 ਦੇ ਪੰਜਾਬ ਪੁਲਿਸ ਦਫਤਰ ਦੇ ਵਿੱਚ ਜਿਹੜਾ ਕੀ ਹੈ ਉੱਥੇ ਸਿੱਟ ਦੇ ਕੋਲ ਪੁੱਛਗਛ ਵਾਸਤੇ ਹਾਜ਼ਰ ਹੋਣ ਦੇ ਤਹਿਤ ਸੰਮਣ ਜਾਰੀ ਕੀਤੇ ਗਏ ਨੇ ਤਸਵੀਰ ਸੰਮਣ ਦੀ ਹੁਕਮਾਂ ਦੀ ਤੁਹਾਨੂੰ ਦਿਖਾ ਰਹੇ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੋਟਪੂਰਾ ਕੇਸ ਦੇ ਉੱਤੇ ਜਿਹੜਾ ਕੀ ਉਹਨਾਂ ਦੇ ਵੱਲੋਂ ਸਿੱਟ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਜਿਨ੍ਹਾਂ ਦੇ ਤਹਿਤ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਚੰਡੀਗੜ੍ਹ ਸੈਕਟਰ 32 ਦੇ ਵਿੱਚ ਪੁਲਿਸ ਦਫਤਰ ਦੇ ਵਿੱਚ ਜਿਹੜਾ ਕੀ ਪੁੱਛਗਿੱਛ ਹੋਏਗੀ ਸੈੱਟ ਟੀਮ ਪੁੱਛਗਿੱਛ ਕਰੇਗੀ ਤਾਂ ਸਾਰੇ ਘਟਨਾ ਕ੍ਰਮ ਨੂੰ ਇੱਕ ਵਾਰ ਮੁੜ ਤੋਂ ਪੜਤਾਲਿਆ ਜਾਏਗਾ ਇਹ ਪਹਿਲੀ ਵਾਰ ਨਹੀਂ ਹਾਲਾਂਕਿ ਜੋ ਕੇਸ ਸੁਖਵੀਰ ਸਿੰਘ ਬਾਦਲ ਤਲਬ ਹੋਏ ਨੇ ਇਸ ਤੋਂ ਪਹਿਲਾਂ ਵੀ ਪਿਛਲੀ ਸੈੱਟ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਲਬ ਕਰਕੇ ਪੁੱਛਗਿੱਛ ਕੀਤੀ ਗਈ ਸੀ ਸਵਾਲ ਜਵਾਬ ਕੀਤੇ ਗਏ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹਾਲੀ ਦੇ ਵਿੱਚ ਸੱਤਾ ਦੇ ਵਿੱਚ ਆਉਂਦਿਆਂ ਸਮਾਂ ਮੰਗਦੀ ਹੈ ਸਿੱਖ ਆਗੂਆਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਸਮਾਂ ਦੇ ਦਿੱਤਾ ਜਾਂਦਾ ਹੈ 3 ਮਹੀਨੇ ਦਾ ਸਮਾਂ ਮੰਗਿਆ ਜਾਂਦਾ ਫਿਰ ਜਥੇਬੰਦੀਆਂ ਦੇ ਵਿੱਚ ਸਿੱਖ ਆਗੂਆਂ ਦੇ ਵਿੱਚ ਰੋਸ ਵੇਖਿਆ ਜਾਂਦਾ ਜਦੋਂ 4 ਮਹੀਨੇ ਬੀਤ ਜਾਂਦੇ ਨੇ ਤਾਂ ਸਿੱਖ ਜਥੇਬੰਦੀਆਂ ਸਿੱਖ ਆਗੂ ਇੱਕ ਵਾਰ ਮੁੜ ਤੋਂ ਧਰਨਾ ਲਾਉਂਦੇ ਨੇ ਜਿੱਥੇ ਜਾ ਕੇ ਫਿਰ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਨੁਮਾਇੰਦੇ ਵਾਅਦਾ ਕਰਦੇ ਨੇ ਕਿ ਜਲਦ ਤੋਂ ਜਲਦ ਐਕਸ਼ਨ ਕੀਤਾ ਜਾਏਗਾ ਤਾਂ ਹੁਣ ਸੱਟ ਟੀਮ ਸਰਗਰਮੀ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਸੰਮਨ ਦੀ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਸੁਖਵੀਰ ਸਿੰਘ ਬਾਦਲ ਨੂੰ 30 ਅਗਸਤ ਨੂੰ ਤਲਬ ਕੀਤਾ ਗਿਆ 30 ਅਗਸਤ ਤਕਰੀਬਨ 10:30 ਦੇ ਵਜੇ ਆ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਸੱਤ ਟੀਮ ਅੱਗੇ ਪੇਸ਼ ਹੋਣਗੇ ਪੁੱਛਗਿੱਛ ਕੀਤੀ ਜਾਏਗੀ ਸਾਰੇ ਘਟਨਾ ਕ੍ਰਮ ਨੂੰ ਵਹਿਬਲ ਕਲਾ ਗੋਲੀकांड ਕੋਟਪੂਰਾ ਗੋਲੀकांड ਦੇ ਘਟਨਾ ਕ੍ਰਮ ਨੂੰ ਪੜਤਾਲਿਆ ਜਾਏਗਾ ਸੁਖਵੀਰ ਸਿੰਘ ਬਾਦਲ ਉਸ ਵੇਲੇ ਨਾ ਸਿਰਫ ਜਿਹੜਾ ਕੀ ਹੈ ਡਿਪਟੀ ਮੁੱਖ ਮੰਤਰੀ ਸੀ ਵਰਕੇ ਨਾਲ ਦੀ ਨਾਲ ਗ੍ਰਹਿ ਮੰਤਰੀ ਦਾ ਅਹੁਦਾ ਵੀ ਸੰਭਾਲ ਰਹੇ ਸੀ ਜਿਨ੍ਹਾਂ ਦੇ ਅਧੀਨ ਸਿੱਧੇ ਤੌਰ ਤੇ ਸੂਬੇ ਦੀ ਸੁਰੱਖਿਆ ਆਉਂਦੀ ਹੈ ਤਾਂ ਕਿਵੇਂ ਇਹ ਸਭ ਕੁਝ ਵਾਪਰ ਗਿਆ ਸੁਖਬੀਰ ਸਿੰਘ ਬਾਦਲ ਦਾ ਇਸ ਦੇ ਵਿੱਚ ਕੀ کردار ਸੀ ਜਾਂ ਫਿਰ ਕੀ ਉਹਨਾਂ ਨੂੰ ਇਸ ਦੀ ਜਾਣਕਾਰੀ ਸੀ ਨਹੀਂ ਸੀ ਇਹ ਸਾਰੇ ਸਵਾਲ ਇਹਨਾਂ ਦੇ ਜਵਾਬ ਸੁਖਬੀਰ ਸਿੰਘ ਬਾਦਲ ਤੋਂ ਉਸ ਦਿਨ ਮੰਗੇ ਜਾਣਗੇ 30 ਅਗਸਤ ਨੂੰ ਸਿਟ ਟੀਮ ਵੱਲੋਂ ਤਲਬ ਕੀਤਾ ਗਿਆ ਕਰਦੇ ਨੇ ਵੈਂਡੈਟਾ ਪੋਲਿਟਿਕਸ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਇਹ ਗੱਲ ਪ੍ਰਕਾਸ਼